ਉਦੋਂ ਦੀ ਗੱਲ ਆ ਜਦੋਂ ਮੈਨੂੰ ਤਾਨੇ ਵੱਜਦੇ ਹੁੰਦੇ ਸੀ ਕਿ ਤੂੰ ਕੁਛ ਨੀ ਕਰਨਾ ਨਿਕੰਮਿਆ, ਉਹਨੂੰ ਮਿਲਣਾ ਟੱਕਰਨਾ, ਇਕੱਲੇ ਪੁੱਤਰ ਨੀ ਕਮਾ ਸਕਦੇ, ਧੀਆਂ ਨੀ ਕਮਾ ਸਕਦੀਆਂ। ਤੇਲ ਚੋ ਹੋ ਰਿਹਾ ਚਾਹੇ ਲੋਕਾਂ ਦੇ ਹਨਾ ਸੋਰ ਹੀ ਕੰਮ ਆ ਜਾਈਏ, ਇੱਕ ਵਾਰੀ ਨਾ ਕੰਮ ਆਈਏ ਨਾ ਤਾਂ ਲੋਕੀ 99 ਭੁੱਲ ਜਾਂਦੇ ਆ। ਆ ਜਾਓ ਗੁਰੂਦੇਵ ਜੀ, ਚੱਪਲਾਂ ਆ ਗਈ। ਕੀ ਕਿਹਾ ਸੀ ਦਾਦੀ, ਜਿੱਦਣ ਚਮਕਾਂਗੇ ਨਾ, ਜਿੱਦਣ ਆਵਾਂਗੇ, ਲੇਟ ਆਵਾਂਗੇ, ਦਰੁਸਤ ਆਵਾਂਗੇ। ਪਰ ਆ ਜਿਹੜੀ ਗੱਡੀ ਖੜੀ ਹੈ ਨਾ i20, ਇਹਦੇ ਕਰਕੇ ਮੈਂ ਬਣਿਆ। ਕਹਿੰਦਾ ਵੀਡੀਓ ਨਾ ਪਾਈ ਕੇ ਪੱਕਾ ਹੀ ਆ ਗਿਆ, ਤਾਂ ਹੀ ਕਹਿੰਦਾ ਮੈਂ ਮਿੱਤਰੋ ਮੋਰਨਿੰਗਾਂ ਹੋ ਗਈਆਂ, ਵੈਰੀਆਂ ਵੈਰੀਆਂ ਗੁੱਡ। ਤੇ ਅੱਜ ਆਪਾਂ ਪਹੁੰਚੇ ਸੀ ਕਿੱਥੇ? ਪਿੰਡ ਕਿਹੜਾ ਮੇਰਾ? ਜਗਪਾਲਪੁਰ। ਲੋ ਵੀ ਸ਼ਰਮਾ ਰਹੇ ਆ ਬੱਚੇ, ਮਨ ਕੇ ਸੱਚੇ ਪੜ੍ਹਦੇ ਹੈ ਨੀਗੇ, ਨਲਾਇਕ ਜੇ ਪੜ੍ਹ ਵੀ ਲਿਆ ਕਰੋ। ਕਿੰਨਵੀਂ 'ਚ ਪੜ੍ਹਦਾ? 8ਵੀਂ ਦੇ ਵਿੱਚ। ABC ਸੁਣਾਈ ਮੈਨੂੰ। ਸਾਰੇ ਆਏ ਹੋਏ ਆ ਅਤੇ ਬਹੁਤ ਵਧੀਆ ਲੱਗਦਾ ਜਦੋਂ ਨਿੱਕੇ ਨਿੱਕੇ ਬੱਚੇ ਸਾਨੂੰ ਪਿਆਰ ਕਰਦੇ ਆ, ਅਤੇ ਸਾਡੀ ਫੈਮਿਲੀ ਹੈ ਕਿਸਮ ਦੀ ਇਹ। ਕੀ ਨਾਮ ਆ ਪ੍ਰਧਾਨ ਜੀ ਤੁਹਾਡਾ? ਪਵਨਜੋਤ। ਹੈਂ? ਪਵਨਜੋਤ। ਪਵਨਜੋਤ ਤੁਹਾਡਾ ਜੀ? ਰਮਨਦੀਪ। ਤੁਹਾਡਾ ਜੀ? ਰਾਧਿਕਾ। ਉਹ ਛੋਟੇ ਤੁਹਾਡਾ ਨਾਮ ਕੀ ਜੀ? ਤੁਹਾਡਾ ਜੀ? ਜਾਨਵੀ। ਤੁਹਾਡਾ ਜੀ? ਰੂਪਜੋਤ। ਰੂਪਜੋਤ। ਤੁਹਾਡਾ ਜੀ? ਜਸ਼ਨ ਵੰਗੜ। ਜਸ਼ਨ ਵੰਗੜ, ਇਹ ਕੱਢੂਗਾ ਗਾਣੇ। ਅਤੇ ਥੈਂਕ ਯੂ ਸੋ ਮਚ ਇੱਥੇ ਪਹੁੰਚਣ ਲਈ, ਅਤੇ ਪੜ੍ਹਾਈਆਂ ਵੀ ਕਰਦੇ ਰਿਹਾ ਕਰੋ। ਕੀ ਮੋਟਿਵ, ਕੀ ਤੁਹਾਡਾ ਕੀ ਬਣਨਾ ਤੁਸੀਂ? ਟੀਚਰ। ਕੀ ਹੋਣਾ? ਇੱਧਰ ਆ ਮੰਮੀ, ਆ ਅੰਦਰੋਂ ਉਹ ਲਿਆਇਓ, ਬੇਲ ਨਾ ਲਿਆਇਓ। ਆਹੋ, ਇਹ ਮੰਮੀ ਨੂੰ ਸੱਦੋ, ਕਹਿੰਦੀ ਮੈਂ ਫੇਮਸ ਹੋਣਾ। ਆਹੋ, ਪਹਿਲਾਂ ਪੜ੍ਹ ਕਦੇ ਉਹ ਸੂਤ, ਬਾਕੀ ਪਤਾ ਨਹੀਂ ਹੁੰਦਾ ਟਾਈਮ ਦਾ ਕਦੋਂ ਸੂਤ ਲੱਗ ਜਾਵੇ, ਸਾਡਾ ਵੀ ਲੱਗ ਗਿਆ ਸੀਗਾ। ਅਤੇ ਤੁਸੀਂ ਕੀ ਬਣਨਾ ਜੀ? ਡਾਕਟਰ। ਓਏ ਹੋਏ, ਕਿਆ ਬਾਤ। ਤੁਸੀਂ? ਡਿਜ਼ਾਈਨਰ। ਡਿਜ਼ਾਈਨਰ ਯਾਰ, ਕਿੰਨੀ ਵਧੀਆ ਸੋਚ ਆ। ਤੈਨੂੰ ਪਤਾ ਜੇ ਡਿਜ਼ਾਈਨਰ ਬਣ ਗਈ ਤਾਂ ਇਹਨੇ ਫੇਮਸ ਵੀ ਹੋਣਾ, ਡਿਜ਼ਾਈਨਰ ਜ਼ਿਆਦਾ। ਹਾਂ, ਤੂੰ ਪਹਿਲਾਂ ਫੇਮਸ ਹੋਣਾ, ਫਿਰ ਤੂੰ ਡਿਜ਼ਾਈਨਰ ਬਣੂਗੀ ਜਾਂ ਹੋਰ ਕੰਮ ਦੇਖੂਗੀ। ਇਹਨਾਂ ਨੇ ਪਹਿਲਾਂ ਡਿਜ਼ਾਈਨਰ ਬਣ ਜਾਣਾ ਅਤੇ ਮੁੜ ਕੇ ਇਹਨੇ ਫੇਮਸ ਹੋਣਾ, ਦੋ ਕੰਮ, ਨਾਲ ਪੈਸਾ ਅਤੇ ਨਾਲ ਫੇਮ। ਤੁਸੀਂ ਕੀ ਬਣਨਾ ਜੀ? ਭਾਜੀ। ਭਾਜੀ, ਸਬਜ਼ੀ ਭਾਜੀ, ਫੌਜੀ। ਓਏ ਹੋਏ, ਕਿਆ ਬਾਤ, ਬਹੁਤ ਵਧੀਆ ਸੋਚ ਬਾਬਾ ਜੀ। ਆਪਾਂ ਮੈਂ ਤੁਹਾਨੂੰ ਪੁੱਛ ਰਿਹਾ ਨਹੀਂ ਤੁਸੀਂ ਕੀ ਬਣਨਾ ਜੀ, ਹੈ? ਕ੍ਰਿਕਟਰ। ਮੈਨੂੰ ਪਤਾ ਹੀ ਨਹੀਂ, ਤੇਰੀ ਸੋਚ ਸਭ ਤੋਂ ਵੱਖਰੀ ਹੋਊਗੀ। ਕ੍ਰਿਕਟਰ। ਭਿੰਦੇ ਬਾਬਰ ਦਾ ਫੋਨ ਆ ਗਿਆ। ਹਾਂਜੀ, ਅੰਦਰ ਆ ਜਾਓ, ਅੰਦਰ ਅੰਦਰ ਆ ਜਾ। ਅੰਦਰ ਆ ਜਾ, ਅੰਦਰ ਆ ਜਾ, ਅੰਦਰ ਆ ਜਾ, ਅੰਦਰ ਆ ਜਾ। ਕੋਈ ਗੱਲ ਨੀ, ਭਾਵੇਂ 25-30 ਜਾਣੇ ਹੋ ਜਾਣੇ, ਇੱਥੇ ਵੀ ਭਰਾਵਾ ਆ ਜਾ ਯਾਰ। ਭਾਵੇਂ ਮਿੱਤਰੋ ਆਪਣੇ ਬਚਪਨ ਦੇ ਯਾਰ,
ਪਿੰਦਾ ਬਬਰ ਤੇ ਟੂਟੀ ਭਰਾ ਅੱਜ ਬੈਠੇ ਨੇ, ਗੱਲਾਂ ਬਾਤਾਂ ਸਾਂਝੀਆਂ ਕਰਦੇ ਪਏ ਨੇ। ਪਿੰਦਾ ਕਹਿੰਦਾ ਮੇਰੇ ਗੱਲਾਂ 'ਤੇ ਛਾਈਆਂ ਪੈ ਗਈਆਂ ਅਤੇ ਮੇਰੀਆਂ ਛਾਈਆਂ ਥੋੜ੍ਹੀ ਅੱਗੇ ਨਾਲੋਂ ਘੱਟ ਹੋ ਗਈਆਂ। ਕਿਹੜਾ ਸਿਰ ਪਲਾ ਰਹੇ ਤੁਸੀਂ ਸਰ? ਬੇਬੇ ਕਿੱਟ ਨਾਲ ਚੱਕ ਲਈਏ, ਬੇਬੇ ਦੀ ਨੂੰਹ ਮੇਰੀ, ਆਪਾਂ ਨੂੰ ਨਹੀਂ ਪਤਾ। ਦੱਸੋ ਸਰ, ਸਿਰਫ ਦਾ ਨਾਮ ਦੱਸੋ ਪਲੀਜ਼। ਸੰਘੋ ਨਾ, ਕੈਮਰਾ ਦੇਖ ਕੇ ਸੰਘ ਜਾਂਦੇ ਨੇ ਥੋੜ੍ਹੇ ਜਿਹੇ ਵੀਰ, ਸੰਘਣ ਵਾਲਾ ਕੰਮ ਬੰਦ ਕਰੋ, ਕਿਉਂਕਿ ਆਪਾਂ ਤੁਹਾਡੀ ਵੀ ਇੱਕ ਆਈਡੀ ਬਣਾ ਕੇ ਤੁਹਾਨੂੰ ਵੀ ਹੁਣ ਆਪਾਂ ਇੰਸਟਾਗ੍ਰਾਮ, ਸਨੈਪਚੈਟ ਅਤੇ ਯੂਟਿਊਬ 'ਤੇ ਲੈ ਕੇ ਆਉਣਾ ਆ, ਕਿਉਂਕਿ ਤੁਸੀਂ ਹੁਣ ਦੁਬਈ ਤੋਂ ਪੱਕੇ ਆ ਗਏ ਆ ਅਤੇ ਕੋਈ ਨਾ ਕੋਈ ਕੰਮ ਤਾਂ ਆਪਾਂ ਕਰਨਾ ਹੀ ਆ। ਇਹ ਤੋਂ ਵਧੀਆ ਕੰਮ ਹੈ ਨਹੀਂ ਗਾ, ਸੱਚੀ ਮਜ਼ਾਕ ਦੀ ਗੱਲ ਨਹੀਂ, ਲੋਕਾਂ ਨੂੰ ਭੈੜਾ ਲੱਗਦਾ। ਹੁਣ ਤੈਨੂੰ ਵਧੀਆ ਲੱਗਣਾ ਆਪਾਂ ਕਿ ਨਹੀਂ? ਤੇਰੇ ਭਰਾ ਨੂੰ ਚਾਰ ਬੰਦੇ ਦੇਖਦੇ ਆ, ਤੂੰ ਵੀ ਕਿਤੇ ਕੀਤੀ ਕਿ ਨਹੀਂ ਤਰੀਫ ਮੇਰੀ? ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ? ਕਹਿੰਦਾ ਵੀਡੀਓ ਨਾ ਪਾਈ ਕਿ ਪੱਕਾ ਹੀ ਆ ਗਿਆ, ਤਾਂ ਹੀ ਕਹਿੰਦਾ ਮੈਂ ਬੈਠ ਨਹੀਂ ਅੱਜ ਵੀ ਜਾਣਾ ਫਿਰ? ਕਿੰਨੇ ਵਜੇ ਆਏ? ਸੋਚਣ ਵਾਲਾ ਕੰਮ ਮੇਰਾ ਨਹੀਂ, ਸੋਚਣ ਵਾਲਾ ਤੇਰਾ ਆ। ਫਿਰ ਕਿੰਨੇ ਕੁ ਵਜੇ ਆਏ ਹੋਣੇ ਦੱਸੋ ਫਿਰ? ਮੈਂ 2 2 3 ਵਜੇ ਆਏ, 6 ਵਜੇ ਸਵੇਰੇ। ਸਾਜਨ ਨੇ ਖਾਣਾ ਆ। ਬਹੁਤ ਵਧੀਆ ਗੱਲ ਆ। ਕੌਣ ਕੌਣ ਗਿਆ ਸੀ? ਮੈਂ ਪ੍ਰੀਤ ਜੀ ਦਾ ਤੈਨੂੰ ਕਿਹਾ ਸੀਗਾ। ਹਾਂ ਵੀਰੇ, ਕਿੰਨੇ ਵਜੇ ਕਿੱਥੇ ਜਾ ਰਹੇ ਹੋ? ਚੰਡੀਗੜ੍ਹ ਗਏ ਸੀ, ਮੋਹਾਲੀ। ਸਹੀ, ਮੋਹਾਲੀ। ਓਕੇ ਓਕੇ, ਮੋਹਾਲੀ ਨਹੀਂ, ਪੰਚਕੂਲੇ। ਪੰਚਕੂਲੇ ਪਰਪਲ ਭਾਜੀ? ਕਿੱਥੇ ਪਰਪਲ, ਨਹੀਂ ਉਧਰ ਸ਼ਰਾਬ ਕਿੰਨੀ ਪੀਤੀ? ਕਲੱਬਾਂ ਦੇ ਵਿੱਚ ਧੱਕੇ ਖਾਂਦੇ ਪਏ ਉੱਥੇ? ਛਾਈਆਂ ਨਹੀਂ ਹੁੰਦੀਆਂ ਸੀ, ਇਹਦਾ ਕਾਰਨ ਸੀਗਾ ਮਾਤਾ ਹੋਣੀ ਸਵੇਰੇ ਸਵੇਰੇ ਏਡਾ ਕੋਲਾ ਭਰ ਕੇ ਪਪੀਤੇ ਦਾ ਕੱਟ ਕੇ ਦੇ ਦਿੰਦੇ ਹੁੰਦੇ ਸੀ ਹਮੇਸ਼ਾ, ਤੇ ਹੁਣ ਸਾਡਾ ਵੀ ਟਾਈਮ ਨੀ ਲੱਗਦਾ। ਚਲੋ ਆ, ਪਪੀਤਾ ਡੇਲੀ ਖਾਣਾ, ਕਹਿੰਦੇ ਛਾਈਆਂ ਦੂਰ ਹੁੰਦੀਆਂ, ਤੇ ਗੱਲ ਬਿਲਕੁਲ ਸੱਚੀ ਆ, ਚਿਹਰੇ ਤੇ ਗਲੋ ਵੀ ਆਉਂਦਾ ਆ। ਤੁਸੀਂ ਵੀ ਖਾਇਆ ਕਰੋ, ਕੋਲਾ ਭਰ ਕੇ ਖਾਇਆ ਕਰੋ ਜਦੋਂ ਵੀ ਟਾਈਮ ਲੱਗਦਾ। ਇਹ ਲਓ ਵੇ ਮਿੱਤਰੋ, ਮਾਰਨਿੰਗਾਂ ਹੋ ਗਈਆਂ ਵੇ। ਤਾਣੇ ਮੇਰੀ ਐਨਕਾਂ, ਮਾਰਨਿੰਗਾਂ ਹੋ ਗਿਆ, ਵੇਰੀਆਂ ਵੇਰੀਆਂ ਗੁੱਡ। ਬੇਬੇ ਹੋਣੀ ਸਵੇਰੇ ਪਪੀਤਾ ਦੇ ਦਾ ਕੱਟ ਕੇ, ਅੱਜ ਆਪਾਂ ਚੱਲੇ ਹਾਂ, ਭੈਣ ਉਹਨਾਂ ਨੇ ਰੋਟੀ 'ਤੇ ਸੱਦਿਆ ਹੋਇਆ ਸਾਨੂੰ, ਅੱਜ ਚੀਟੜੇ ਆ, ਉੱਥੇ ਜਾ ਕੇ ਪੂੜੀਆਂ ਛੋਲੇ ਸਭ ਕੁਛ ਦੇਣਾ ਆਪਾਂ। ਅਤੇ ਬੇਬੇ ਹੋਣੀ ਪਤੀਲਾ ਜਿਹਾ ਆ ਕੋਲਾ ਭਰ ਕੇ ਦੇ ਦਿੱਤਾ ਕਿ ਫਰੂਟ ਦਾ ਖਾ ਕੇ ਜਾ। ਹਾਂ ਥੈਂਕ ਯੂ ਸੋ ਮੱਚ, ਥੈਂਕ ਯੂ, ਥੈਂਕ ਯੂ ਭਲਵਾਨ ਜੀ। ਮੰਮੇ ਓ ਹੈਲੋ, ਹੋਏ ਨਹੀਂ ਰੈਡੀ? ਇੰਨਾ ਬੁੜੀਆਂ ਉਹ ਟਾਈਮ ਲਾਉਂਦੀਆਂ, ਮੈਂ ਲਾਇਆ ਹਿਸਾਬ ਤਾਬ, ਮੈਂ ਨਹਾ ਧੋ ਕੇ ਰੈਡੀ ਵੀ ਹੋ ਗਿਆ। ਬੁੜੀਆਂ ਨੇ ਬਿੰਦੀਆਂ ਸੌਰਖੀਆਂ ਲਾ ਲਾ ਮੇਕਅਪ ਕਰਕੇ, ਆ ਦੇਖੋ ਮੈਂ ਇੱਦਾਂ ਹੀ ਵੀਡੀਓ ਵੀ ਪਾ ਦਿੰਦਾ, ਇੱਦਾਂ ਹੀ ਹੁਣ ਸਨੈਪਚੈਟ ਵੀ ਪਾਈ ਜਾਂਦਾ ਬਿਨਾਂ ਫਿਲਟਰ ਤੋਂ ਲਾ ਲਾ ਕੇ। ਐਵੇਂ ਕਦੇ ਯਾਰ ਤੁਹਾਨੂੰ ਧੋਖੇ ਵਿੱਚ ਰੱਖਣਾ, ਕਦੇ ਕਦੇ ਲਾ ਵੀ ਲਈਦਾ ਫਿਲਟਰ, ਇੱਦਾਂ ਕੋਈ ਚੱਕਰ ਨਹੀਂ ਹੈਗਾ। ਫਿਲਟਰ ਵੀ ਲਾਉਣੇ ਚਾਹੀਦੇ, ਪਤਾ ਲੱਗਣਾ ਚਾਹੀਦਾ ਕਿ ਹਾਂ ਦੁਨੀਆ 2 ਰੰਗੀ, 1 ਰੰਗੀ ਨਹੀਂ ਹੈਗੀ, ਦੁਨੀਆ 5-7 ਰੰਗੀ ਆ। ਲਓ ਵੀ ਮਿੱਤਰੋ, ਥੈਂਕ ਯੂ ਸੋ ਮੱਚ ਵਲੋਗਰ ਨੂੰ ਇੰਨਾ ਪਿਆਰ ਦੇ ਲਈ। ਇੱਕ ਮੈਂ ਇੱਧਰ ਕਿਉਂ ਦੇਖਦਾ, ਇੱਧਰ ਦੇਖਣਾ ਚਾਹੀਦਾ ਮੈਨੂੰ। ਵੇ ਮਿੱਤਰੋ, ਹੁਣ ਆਪਾਂ ਕੱਢਾਂਗੇ ਗੱਡੀ, ਚਾਚੀ ਹੋਣੀ ਘਰ ਨੂੰ ਜਿੰਦਾ ਲਾ ਕੇ ਚਾਬੀ, ਪਰ ਆਪਾਂ ਨੂੰ ਫੜਾ ਜਾਂਦੇ ਆ।
ਬਣੀ ਬੋ ਹੋਈ ਹੈ ਪਿੰਡ ਦੇ ਵਿੱਚ ਇੱਦਾਂ ਕਹੀ ਜਾਵੇ ਕਰਦੇ ਵੋ ਉਹ ਡੈਡੀ ਟਰੈਕਟਰ ਖੜਾ ਅੱਗੇ ਚਾਬੀ ਪੱਕੀ ਗੱਲ ਵਿੱਚ ਹੀ ਹੋ ਗਈ ਡੈਡੀ ਆਪਣੀ i20 ਵੀ ਲੱਗੀ ਹੋਈ ਆ ਟਰੈਕਟਰ ਖੜਾ ਆ ਮਾਣੋ ਉਹਨਾਂ ਦਾ ਆਪਣੀ ਖੜੀ ਰਾਣੋ ਤੁਹਾਨੂੰ ਆਹ ਆਪਣੀ ਖੜੀ ਆ ਸਭ ਤੋਂ ਲੱਕੀ ਕਾਰ ਟੱਚ ਵੁੱਡ ਇਹ ਆ ਮੇਰੀ ਪਹਿਲੀ ਕਾਰ ਜਿਹਦੇ ਕਰਕੇ ਸਾਇੰਜ ਗੋਪਾਲਪੁਰੀਆ ਬਣਿਆ ਛੋਟੇ ਭਰਾ ਨੇ ਮੈਨੂੰ ਗੱਡੀ ਲੈ ਕੇ ਦਿੱਤੀ ਸੀ ਇਹ ਆਹ ਜਿਹੜੀ ਗੱਡੀ ਖੜੀ ਹੈ ਨਾ i20 ਇਹਦੇ ਕਰਕੇ ਮੈਂ ਬਣਿਆ ਛੋਟਾ ਭਰਾ ਜਦੋਂ ਬਾਹਰ ਗਿਆ ਨਾ ਅਤੇ ਮੈਂ ਦੁਕਾਨ ਦੇ ਉੱਤੇ ਕੰਮ ਕਰਦਾ ਹੁੰਦਾ ਸੀਗਾ ਆਪਣੀ ਦੁਕਾਨ ਸੀਗੀ ਕਰਿਆਨੇ ਦੀ ਹਾਲੀ ਅਤੇ ਉਹਨੇ ਜਾ ਕੇ ਵਿਚਾਰੇ ਨੇ 2 ਕੁ ਮਹੀਨੇ ਬਾਅਦ 3 ਕੁ ਮਹੀਨੇ ਬਾਅਦ ਖਿੱਚ ਕੇ ਮਿਹਨਤ ਕੀਤੀ ਅਤੇ ਮੈਨੂੰ ਜੋੜ ਕੇ ਨਾ i20 ਕਢਾ ਕੇ ਦਿੱਤੀ ਥੋੜ੍ਹੇ ਜਿਹੇ ਬਾਪੂ ਜੀ ਨੇ ਪੈਸੇ ਪਾਏ ਥੋੜ੍ਹੇ ਜਿਹੇ ਉਹਨੇ ਪਾਏ ਅਤੇ ਉਹ ਗੱਡੀ ਕਰਕੇ ਯਾਰ ਦੋਸਤ ਮਿਲੇ ਮੈਨੂੰ ਸਾਰੇ ਜਣੇ ਨਾ ਜਿਹੜੇ ਲੁਧਿਆਣੇ ਵਾਲੇ ਸੀਗੇ ਅਤੇ ਇੰਸਟਾਗ੍ਰਾਮ ਚਲਾਉਂਦੇ ਹੁੰਦੇ ਸੀਗੇ ਵਧੀਆ ਬੰਦੇ ਆ ਮਤਲਬ ਕਿ ਜਿਨ੍ਹਾਂ ਕਰਕੇ ਆਪਾਂ ਅੱਗੇ ਵਧੇ ਉਹਨਾਂ ਨੂੰ ਕਦੀ ਯਾਦ ਨਹੀਂ ਭੁੱਲਣਾ ਚਾਹੀਦਾ ਚਲੋ ਅੱਜ ਹੈਗੀ ਚਾਹੇ ਨਹੀਂ ਹੈਗੀ ਪਰ ਕਦੇ ਤਾਂ ਯਾਰ ਸੀਗੇ ਨਾ ਯਾਰ ਹਲੇ ਵੀ ਹੈਗੇ ਜੇ ਉਹਨਾਂ ਨੂੰ ਕਦੀ ਲੋੜ ਪਊਗੀ ਤਾਂ ਜ਼ਰੂਰ ਖੜਾਂਗੇ ਕੋਈ ਚੱਕਰ ਨਹੀਂ ਹੈਗਾ ਭਰਾ ਆ ਆਪਣੇ ਸਾਰੇ ਉਹ ਵੀ ਫਿਰ ਆਪਾਂ ਪਹੁੰਚੇ ਚੰਡੀਗੜ੍ਹ ਪਹੁੰਚੇ ਨਾ ਫਿਰ ਬਸ ਚੰਡੀਗੜ੍ਹ ਤੋਂ ਬਾਅਦ ਸਾਰੀ ਲਾਈਫ ਹੀ ਚੇਂਜ ਹੋ ਗਈ ਮਤਲਬ ਕਿ 300 ਰੁਪਈਆ ਦਿਨ ਦਾ ਬੰਦਾ ਕਮਾਉਣ ਵਾਲਾ ਵਧੀਆ ਕਮਾ ਰਿਹਾ ਮਤਲਬ ਕਿ ਵਧੀਆ ਆਪਣਾ ਚੱਲਦਾ ਪਿਆ ਕਿਸ਼ਤਾਂ ਕੁਸ਼ਤਾਂ ਨਿਕਲਦੀਆਂ ਰੋਟੀ ਪਾਣੀ ਵਧੀਆ ਸਭ ਕੁਛ ਰੈਂਟ ਰੁੰਟ ਵਧੀਆ ਨਿਕਲਦਾ ਪਿਆ ਅਤੇ ਉਹੀ ਕਹਿੰਦੇ ਪਤਾ ਨਹੀਂ ਲੱਗਦਾ ਕਦੋਂ ਦਿਨ ਬਦਲ ਜਾਂਦੇ ਆ ਸੋ ਕਦੇ ਹਿੰਮਤ ਨਾ ਹਾਰਿਆ ਕਰੋ ਇਹ ਆਪਣੀ ਘੈਂਟ ਗੱਡੀ ਬਾਪੂ ਜੀ ਟਰੈਕਟਰ ਬਾਹਰ ਕੱਢਣ ਲੱਗੇ ਆ ਪਹਿਲਾਂ ਟਰੈਕਟਰ ਨੂੰ ਅੱਗੇ ਨੂੰ ਤੋਰੀਦਾ ਚਾਹੇ ਕੋਈ ਗੱਡੀ ਆ ਚਾਹੇ ਟਰੈਕਟਰ ਆ ਕੋਈ ਵੀ ਮਸ਼ੀਨਰੀ ਆ ਉਹਨੂੰ ਅੱਗੇ ਨੂੰ ਪਹਿਲਾਂ ਤੋਰੀਦਾ ਹੈ ਪਤਾ ਨਹੀਂ ਕੀ ਲੋਜੀਕਲ ਆ ਕੀ ਲੋਜਿਕ ਆ ਪਰ ਅੱਗੇ ਨੂੰ ਤੋਰਨਾ ਚਾਹੀਦਾ ਕਹਿੰਦੇ ਆ ਸੁਣਿਆ ਆ ਹੁਣ ਗੱਡੀ ਆ ਗਈ ਬਾਹਰ ਆਪਣੀ ਰਾਣੀ ਸੁੰਦਰਾ ਬਾਪੂ ਜੀ ਹੁਣ ਟਰੈਕਟਰ ਕਰਨਗੇ ਅੰਦਰ ਆਪਾਂ ਲਾ ਦੇਵਾਂਗੇ ਸਾਈਡ 'ਤੇ ਇੱਧਰ ਸਟਾਰਟ ਕਰ ਦੇਵਾਂਗੇ ਥੋੜ੍ਹੀ ਠੰਡੀ ਹੋ ਜੂਗੀ ਅੰਦਰੋਂ ਫਿਰ ਆਪਾਂ ਜਾਵਾਂਗੇ ਤੁਰਾਂਗੇ ਲੁਧਿਆਣੇ ਨੂੰ ਇੱਥੇ ਲਾਉਂਦੇ ਹਾਂ ਬੰਗੜਵਾਂ ਦੇ ਘਰ ਦੇ ਸਾਹਮਣੇ ਅੰਦਰੋਂ ਗੱਡੀ ਆ ਗਈ ਡੈਡੀ ਜੀ ਅੱਗੇ ਦੇਖ ਲਓ ਆ ਜਾਓ ਗੁਰੂਦੇਵ ਜੀ ਚੱਪਲਾਂ ਆ ਗਈ ਇੱਦਾਂ ਹੀ ਜਾਊਂਗੀ ਕੰਫਰਟੇਬਲ ਆ ਚੱਪਲਾਂ ਪਾ ਇੱਦਾਂ ਹੀ ਜਾਣਾ ਨੇ ਦੋਈ ਨੂੰ ਸੱਸਾ ਰਲੀਆਂ ਪਈਆਂ ਦੋਈ ਨੂੰ ਸੱਸਾ ਚਾਵਣੀਆਂ ਪਈਆਂ ਮੈਂ ਲਾ ਲਿਆ ਹਿਸਾਬ ਤਬ ਮੁੰਡੇ ਦੀ ਗਲਤੀ ਕੱਢਤੀ ਏਦਾਂ ਕਹੀ ਜਾਵੇ ਚੱਲੀਏ ਕਿ ਹਲੇ ਕੁਛ ਰਹਿ ਗਿਆ ਤੁਹਾਡਾ ਮੇਕਅਪ ਮੂਕਅਪ ਦੋਵਾਂ ਦਾ ਤੁਹਾਡਾ ਭਲਾ ਹੋ ਜਾਏ ਕਹਿੰਦੇ ਜਿਹੜਾ ਰਹਿ ਗਿਆ ਗੱਡੀ 'ਚ ਬਹਿ ਕਰ ਲਵਾਂਗੇ ਨਾਲ ਲੈ ਜਾਵਾਂਗੇ ਬੇਬੇ ਮੇਕਅਪ ਕਿਟ ਨਾਲ ਚੱਕ ਲਈ ਬੇਬੇ ਦੀ ਨੂੰ ਮੇਰੀ ਘਰ ਵਾਲੀ ਅਸੀਂ ਸਾਰੇ ਇਕੱਠੇ ਚੱਲੇ ਬੇਬੇ ਦੀ ਨੂੰ ਤੇ ਮੇਰੀ ਘਰ ਵਾਲੀ ਗਿਆ ਹਾਂ ਤੇ ਕਿੰਨੀ ਸਾਫ ਗੱਡੀ ਮੰਮੀ ਮੰਨਦੇ ਫਿਰ ਚੈੱਕ ਕਰੋ ਮਹਾਰਾਜ ਲੈ ਮੈਂ ਕਹਿੰਦਾ ਕਿਤੇ ਗੰਦ ਹੈਗਾ ਵਿਆਹ ਦੇ ਖਾੜ ਵਿੱਚ ਪਏ ਹੋਏ ਆ ਮੰਮੀ ਕਹਿੰਦੇ ਇੰਨੀ ਸਾਫ ਗੱਡੀ ਤੂੰ ਕਿੱਦਾਂ ਰੱਖ ਲੈਣਾ
ਮੰਮੀ ਇਹ ਵੀ ਧਵਾਉਂਦਾ ਨੀ ਹਲੇ ਕਿਦਾਂ ਦਵਾਈ ਆ ਇੱਕ ਦਿਨ ਹਜੇ ਧੋਤੇ ਆ ਤੇ ਦੂਜਾ ਦਿਨ ਗੰਦ ਪਾ ਦਿੰਦੇ ਨੇ ਗੱਡੀ ਦੇ ਵਿੱਚ ਖਾਣਾ ਪੀਣਾ ਲਟਰਮ ਪਟਰਮ ਸਾਰਾ ਕੁਝ ਸ਼ਿਕਾਇਤਾਂ ਲੱਗ ਰਹੀਆਂ ਸ਼ਿਕਾਇਤਾਂ ਲੱਗ ਰਹੀ ਚੁਗਲ ਸਾਰੇ ਵਿੱਚ ਆ ਪ੍ਰੀਤ ਵਿੱਕੀ ਵਿਨੇ ਭਾਜੀ ਆ ਦੇਖੋ ਚਨੇ ਖੰਡਾਏ ਪਏ ਇਹਨਾਂ ਨੇ ਚਨੇ ਖੰਡਾਏ ਪਏ ਬਹੁਤ ਖੰਡਾਏ ਪਏ ਆ ਚਨੇ ਖੰਡਾਏ ਪਏ ਕਹਿੰਦੀ ਚਲੋ ਗੱਡੀ ਹੁਣ ਆਪਾਂ ਇੱਥੋਂ ਕਰਾਂਗੇ ਬੈਗ ਮੋੜਾਂਗੇ ਮੰਮੀ ਨੇ ਧਿਆਲੇ ਆਪਣੇ ਦੇਵੀ ਦੇਵਤੇ ਤੇ ਵਾਹਿਗੁਰੂ ਜੀ ਨੂੰ ਕਰ ਲਿਆ ਯਾਦ ਹੁਣ ਆਪਾਂ ਪਹੁੰਚਾਂਗੇ ਸਿੱਧਾ ਹੀ ਲੁਧਿਆਣੇ ਗੱਡੀ ਰੋਕਾਂਗੇ ਪਾਣੀ ਠੰਡਾ ਠੰਡਾ ਪਾਣੀ ਹੈ ਚਲੋ ਪਿੰਡ ਤੋਂ ਬਾਹਰ ਨਿਕਲਦੇ ਹੋਏ ਦੀ ਵੀਡੀਓ ਬਣਾਉਣੀ ਆ ਪਿੰਡ ਦਿਖਾਈਏ ਤੁਹਾਨੂੰ ਸੋਹਣਾ ਸੁਨੇਖਾ ਪਿੰਡ ਸਾਡਾ ਪਿੰਡ ਜਗਪਾਲਪੁਰ ਨਾ ਨਾ ਇਹ ਪਿੰਡ ਵਰਗੀ ਮਤਲਬ ਆਪਣਾ ਪਿੰਡ ਹੀ ਮੈਂ ਲਾਇਆ ਹਿਸਾਬ ਤਾਂ ਮਤਲਬ ਕੀ ਹੈ ਨਾ ਇੱਥੇ ਬੰਦੇ ਚਲੋ ਹੁੰਦੇ ਆ ਕਈ ਪਿੱਛੇ ਨੂੰ ਖਿੱਚਣ ਵਾਲੇ ਪਰ ਇੱਥੇ ਮੈਨੂੰ ਮਿਲੇ ਨਹੀਂ ਕੋਈ ਮੈਨੂੰ ਜਿੰਨੇ ਵੀ ਮਿਲਦੇ ਆ ਸਾਰੇ ਇਹੀ ਕਹਿੰਦੇ ਆ ਕਿ ਤਰੱਕੀ ਕਰ ਜੇ ਹੈ ਨਾ ਕਦੇ ਪਿੱਛੇ ਨੂੰ ਨਹੀਂ ਆਪਾਂ ਨੂੰ ਇਹ ਨਹੀਂ ਪਿੱਠ ਪਿੱਛੇ ਪਤਾ ਨਹੀਂ ਕਹਿੰਦੇ ਹੋਣਗੇ ਨਹੀਂ ਕਹਿੰਦੇ ਹੋਣਗੇ ਪਰ ਕਦੇ ਸੁਣਿਆ ਨਹੀਂ ਹੈਗਾ ਕਿ ਮੈਨੂੰ ਸਾਰਿਆਂ ਨੇ ਮੋਟੀਵੇਟ ਹੀ ਕੀਤਾ ਆ ਕਿ ਵਧੀਆ ਕਰਦਾ ਪਿਆ ਲੱਗਾ ਰਹੀ ਸੋ ਇਹ ਚੀਜ਼ ਬਹੁਤ ਵਧੀਆ ਹੁੰਦੀ ਹੈ ਕਿ ਹਾਂ ਪਿੰਡ ਵਾਲੇ ਜਦੋਂ ਸਪੋਰਟ ਕਰਦੇ ਨਾ ਅਤੇ ਮੈਂ ਕਹਿੰਦਾ ਮੇਰੇ ਪਿੰਡ ਵਰਗਾ ਪਿੰਡ ਹੀ ਹੈਗੇ ਜਿਉਂਦੇ ਵੱਸਦੇ ਰਹਿਣ ਮੇਰੇ ਪਿੰਡ ਵਾਲੇ ਜਿਹੜੇ ਮੈਨੂੰ ਸਪੋਰਟ ਕਰਦੇ ਆ ਇੱਥੇ ਤੱਕ ਹੀ ਪਿੰਡ ਆ ਜੀ ਆਪਣਾ ਬਸ ਇਸ ਤੋਂ ਬਾਅਦ ਫਿਰ ਰਾਣੀਪੁਰ ਸ਼ੁਰੂ ਹੋ ਜਾਂਦਾ ਛੋਟਾ ਪਿੰਡ ਆ ਪਰ ਦਿਲ ਵੱਡੇ ਸਾਡੇ ਪਿੰਡ ਵਾਲਿਆਂ ਦੇ ਮੈਨੂੰ ਲੱਗਦਾ ਬੇਬੇ ਨੇ ਨਾ ਮੈਨੂੰ ਪਪੀਤਾ ਖਵਾ ਖਵਾ ਕਬਜ਼ ਕਰਵਾ ਦੇਣੀ ਆ ਇਹ ਕਿੱਦਾਂ ਦੇ ਦੇ ਧਿਆਨ ਮਾਰੀ ਮੈਂ ਇਹਦੇ ਚ ਖਾਣ ਵਾਲੀ ਚੀਜ਼ ਕਦੇ ਕਬਜ਼ ਹੋ ਜਾਣੀ ਆ ਫਿਰ ਕਬਜ਼ ਖੋਲ ਜਾਣੀ ਤੇਰੀ ਪਪੀਤਾ ਸੱਚੀ ਬੜਾ ਸਿਹਤ ਲਈ ਵਧੀਆ ਆ ਜਿੰਨਾ ਪਪੀਤਾ ਵਧੀਆ ਸਿਹਤ ਲਈ ਮੈਨੂੰ ਲੱਗਦਾ ਹੋਰ ਕੋਈ ਫਰੂਟ ਵਧੀਆ ਹੋਊਗਾ ਪਪੀਤਾ ਜ਼ਰੂਰ ਖਾਇਆ ਕਰੋ ਇਹ ਦੋ ਦਿਨ ਹੋ ਗਏ ਮੈਨੂੰ ਖਾਂਦਿਆਂ ਨੂੰ ਕਿਉਂਕਿ ਕੱਲ੍ਹ ਦਾ ਤਾਂ ਅੱਜ ਦਾ ਦਿਨ ਹੋ ਗਿਆ ਕੱਲ੍ਹ ਬੇਵੇ ਨੂੰ ਪਪੀਤਾ ਮਿਲੂਗਾ ਉੱਥੇ ਆ ਕੇ ਫੇਰ ਮੈਂ ਚੇਤਾ ਭੁੱਲ ਜਾਣਾ ਤੈਨੂੰ ਤੂੰ ਯਾਦ ਕਰਾਇਆ ਕਰਕੇ ਮੈਂ ਪਪੀਤਾ ਖਾਣਾ ਪਪੀਤਾ ਲਿਆ ਕੇ ਉੱਲੀ ਲੱਗ ਗਈ ਸਿੱਟਦੀ ਹੁੰਦੀ ਆ ਮੈਂ ਤਾਂ ਇਸ ਕਰਕੇ ਮੈਂ ਮੰਗੋ ਕਹਿਣਾ ਹੁਣੇ ਹੁਣੇ ਗੱਲ ਸਿੱਖਣ ਨੂੰ ਮਿਲੀ ਤੇ ਮੈਂ ਕਿਹਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੀਏ ਸਾਡੇ ਪਿੰਡ ਦੇ ਵਿੱਚ ਨਾ ਮਤਲਬ ਕਿ ਕੁਛ ਕੁ ਸਾਲ ਪਹਿਲਾਂ ਇੱਕ ਲੇਡੀਜ਼ ਦੀ ਡੈਥ ਹੋਈ ਸੀਗੀ ਘੱਟੋ ਘੱਟ ਵੀ ਪੰਜ ਸਾਲ ਹੋ ਗਏ ਛੇ ਸਾਲ ਪੰਜ ਛੇ ਸਾਲ ਹੋ ਗਏ ਅਤੇ ਮੈਨੂੰ ਹੈ ਨਾ ਉਹ ਆਂਟੀ ਦਾ ਨਾਂ ਹੀ ਨਹੀਂ ਚੇਤਾ ਆਵੇ ਅਤੇ ਫਿਰ ਮਾਤਾ ਨੇ ਕਿਹਾ ਕਿ ਦੇਖ ਲਾ ਕਿ ਜਦ ਤੱਕ ਬੰਦਾ ਜਿਉਂਦਾ ਆ ਜਦ ਤੱਕ ਸਾਹ ਚੱਲਦੇ ਆ ਤਦ ਤੱਕ ਹੀ ਯਾਦ ਆ ਕਿ ਜੇ ਹਾਂ ਆਪਣੇ ਸਾਹਮਣੇ ਤੁਰੇ ਫਿਰਦੇ ਹਾਂ ਆਪਾਂ ਤਦ ਤੱਕ ਹੀ ਯਾਦ ਆ ਜਾਂ ਫਿਰ ਬੰਦਾ ਉਦੋਂ ਯਾਦ ਕਰਦਾ ਜੇ ਆਪਣਾ ਨਾਮ ਹੁੰਦਾ ਮਾੜਾ ਮੋਟਾ ਨਾ ਕਿ ਉਹ ਸੀਗਾ ਉਹ ਵੀਡੀਓ ਬਣਾਉਂਦਾ ਸੀ ਜਾਂ ਉਹ ਗਾਣੇ ਗਾਉਂਦਾ ਸੀ ਜਾਂ ਯੂਟਿਊਬ ਚਲਾਉਂਦਾ ਸੀਗਾ ਇੱਕ ਯਾਦ ਹੀ ਉਦੋਂ ਬਣਦੀ ਆ ਜਦੋਂ ਬੰਦਾ ਬੰਦੇ ਦਾ ਨਾਮ ਹੁੰਦਾ ਜਦੋਂ ਬੰਦੇ ਦਾ ਨਾਮ ਹੀ ਹੈ ਨਹੀਂ ਚਾਰ ਪੰਜ ਸਾਲ ਦੇ ਵਿੱਚ ਚਾਹੇ ਜਿੱਡਾ ਮਰਜ਼ੀ ਮੈਂ ਕਹਿੰਦਾ ਰਿਸ਼ਤਾ ਉਹ ਵੱਡਾ ਹੋਵੇ ਭੁੱਲ ਜਾਂਦੇ ਇਨਸਾਨੀਅਤ ਖਤਮ ਹੋ ਰਹੀ ਹੈ ਮਤਲਬ ਕਿ ਭੁੱਲ ਜਾਂਦੇ ਆ ਮੈਂ ਆਪਣੇ ਤਾਂ ਆਪ 'ਤੇ ਵੀ ਲਾ ਕੇ ਦੇਖਦਾ ਇਹ ਗੱਲ ਕਿ ਹਾਂ ਯਾਦ ਹੀ ਹੈ ਨਹੀਂ ਯਾਰ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਕੰਮਾਂ ਕਾਰਾਂ 'ਚ ਇੰਨੇ ਵਿਅਸਤ ਹੋ ਜਾਂਦੇ ਕਿ ਆਪਾਂ ਨੂੰ ਮਤਲਬ ਕਿ ਯਾਦ ਨਹੀਂ ਰਹਿੰਦਾ ਕਿ ਹਾਂ ਕਿ ਕੌਣ ਸੀਗਾ ਕਿਹਦੇ ਨਾਲ ਆਪਾਂ ਖੇਡਦੇ ਰਹੇ ਹਾਂ ਕਿਹੜਾ ਆਪਣੇ ਨਾਲ ਸੀਗਾ ਪਰ ਜਦੋਂ ਬੰਦਾ ਚੱਲ ਜਾਂਦਾ ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਆਪਣੇ ਨਾਲ ਹੈਗੇ ਆ ਚਾਹੇ ਯਾਰ ਦੋਸਤ ਭੈਣ ਭਰਾ ਚਾਹੇ ਤੁਸੀਂ ਉਹਨੂੰ ਕੁਛ ਵੀ ਰਿਸ਼ਤਾ ਮੰਨਦੇ ਆ ਉਹਦੇ ਨਾਲ ਦਿਲੋਂ ਚੱਲੋ ਜਦ ਤੱਕ ਹੈਗੇ ਆ ਜਾਣ ਤੋਂ ਬਾਅਦ ਫਿਰ ਪਛਤਾਉਂਦੇ ਇੱਕ ਦੋ ਸਾਲ ਰਿਗਰੈਟ ਫੀਲ ਕਰਦੇ ਕਿ ਯਾਰ ਨਹੀਂ ਉਹ ਇੱਦਾਂ ਸੀ ਉਹ ਉੱਦਾਂ ਸੀ
ਵਧੀਆ ਹੁੰਦਾ ਸੀਗਾ ਉਹਦੀ ਐਵੇਂ ਆਪਾਂ ਉਹਨੂੰ ਮਾੜਾ ਸਮਝਦੇ ਰਹੇ। ਸਭ ਤੋਂ ਪਹਿਲਾਂ ਜਿਹਨੂੰ ਤੁਸੀਂ ਮਾੜਾ ਸਮਝਦੇ ਨਾ ਉਹਨੂੰ ਮਿਲੋ, ਉਹਦੇ ਨਾਲ ਬੈਠੋ, ਉਹਨੂੰ ਮਿਲੋ, ਵਰਤੋ, ਫੇਰ ਪਤਾ ਲੱਗਦਾ ਹੁੰਦਾ। ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਅੰਦਾਜ਼ੇ ਨਹੀਂ ਲਾਏਦੇ ਹੁੰਦੇ ਕਿ ਉਹ ਮਾੜਾ ਆ। ਆਪ ਮਿਲੋ, ਫੇਰ ਵਰਤੋ, ਫੇਰ ਉਹਨੂੰ ਫੇਰ ਜੱਜ ਕਰੋ ਕਿ ਹਾਂ, ਦੂਰੋਂ ਦੂਰੋਂ ਨਾ ਜੱਜ ਕਰਿਆ ਕਰੋ। ਬੰਦਾ ਹੋਰ ਹੁੰਦਾ, ਅੰਦਰੋਂ ਹੋਰ ਹੁੰਦਾ ਆ। ਬਾਕੀ ਯਾਰ ਖੁਸ਼ ਰਿਹਾ ਕਰੋ, ਇੱਕ ਜ਼ਿੰਦਗੀ ਆ, ਉਹ ਤੋਂ ਬਾਅਦ ਕੁਛ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ। ਇਹ ਜ਼ਿੰਦਗੀ ਮਿਲਣੀ ਇੱਕ ਹੀ ਆ, ਦੂਜਾ ਜਨਮ ਨਾ ਤਾਂ ਸੋਚਿਆ ਆ ਅਤੇ ਨਾ ਹੀ ਸ਼ਾਇਦ ਹੋਵੇ, ਇੱਕ ਹੀ ਹੈ ਜ਼ਿੰਦਗੀ। ਜਨ ਆ ਗਿਆ ਅੰਬਾਂ ਦਾ, ਅੰਬ ਹੀ ਖਾਣੇ ਨਾ ਕਦੀ, ਅੰਬ ਤਰਬੂਜਾ। ਲੁਧਿਆਣੇ ਸ਼ੋਪਿੰਗ ਹੋ ਰਹੀ ਹੈ, ਕੱਲ੍ਹ ਵੀ ਲੁਧਿਆਣੇ ਅਤੇ ਅੱਜ ਵੀ ਲੁਧਿਆਣੇ। ਐਪਲ, ਤਰਬੂਜ, ਹਾਂਜੀ ਤਰਬੂਜ ਹੋਵੇ, ਅੰਬ ਹੋਵੇ, ਅੰਗੂਰ ਹੋਵੇ, ਜਾਂਦੀ ਪਰ ਬੇਰ ਬੇਰ ਚਲ ਗਿਆ ਰਾਤ ਵਿੱਚ, ਲਾਏ ਪਏ ਸੀ ਕਈਆਂ ਨੇ ਬੇਰ, ਪਰ ਸੀਜ਼ਨ ਦੇ ਹਿਸਾਬ ਨਾਲ ਨਹੀਂ ਹੁੰਦੇ। ਠੀਕ ਹੈ, ਤੇਲ ਚੋ ਹੋ ਰਿਹਾ ਦੀਦੀ ਘਰੇ, ਇਹ ਉਹ ਕੰਮ ਹੈ ਜਿਹੜਾ ਮੈਂ ਤੁਹਾਡੇ ਵਿਆਹ ਤੇ ਨਹੀਂ ਪੂਰੇ ਕਰ ਸਕਿਆ। ਕੀ ਆ ਤੈਨੂੰ, ਓਏ ਓਏ ਓਏ, ਕੀ ਬਾਤ, ਕੀ ਓਏ ਮਾਮੂ ਆਇਆ, ਹੈਲੋ, ਵੀ ਤਿਆਰੀ ਕੀਤੀ ਹੋਈ ਹੈ, ਲੋ ਬਤੀਆ, ਮਾਮੂ ਦੇ ਆ ਗਏ, ਮਾਮੀ ਕੋਲ ਜਾ, ਆ ਮੈਨੂੰ ਕੜਾ ਦੇ, ਪਰ ਬਿਸਕੁਟ ਦੇ ਪੂਜਾ ਦੇਖ ਕੇ ਰੁਕਿਆ ਨਹੀਂ ਗਿਆ, ਮੈਂ ਕਿਹਾ ਥੋੜ੍ਹੀ ਜਿਹੀ ਪੀ ਲੈਂਦੇ ਹਾਂ, ਲਿਆਓ ਜਨਾਬ ਬਿਸਕੁਟ ਵੀ ਦਿਓ। ਆਪਾਂ ਚਾਹੇ ਲੋਕਾਂ ਦੇ ਹਨਾ ਸੋਰੀ ਕੰਮ ਆ ਜਾਈਏ, ਇੱਕ ਵਾਰੀ ਨਾ ਕੰਮ ਆਈਏ ਨਾ ਤਾਂ ਲੋਕੀ ਨੜਿਨਵੇਂ ਭੁੱਲ ਜਾਂਦੇ ਆ। ਲੋਕੀ ਇੰਨੇ ਕੁ ਖੁਦਗਰਜ ਹੋ ਚੁੱਕੇ ਨਾ, ਮੈਂ ਕਹਿੰਦਾ ਚਲੋ ਤੁਸੀਂ ਖੁਦਗਰਜ ਹੋ ਗਏ ਆ ਸਿਰਫ ਇੱਕ ਪੈਸਾ ਕਮਾਉਣ ਕਰਕੇ ਜਾਂ ਇੱਕ ਆਪਣਾ ਨਾਮ ਬਣਾਉਣ ਕਰਕੇ ਜਾਂ ਮਤਲਬ ਕਿ ਜੋ ਵੀ ਹੈ, ਚਲੋ ਇੱਕ ਲਿੰਕ ਬਣਾਉਣ ਕਰਕੇ, ਜਿਸ ਕਰਕੇ ਮਰਜ਼ੀ ਤੁਸੀਂ ਇੰਨੇ ਖੁਦਗਰਜ ਹੋ ਗਏ ਆ, ਪਰ ਤੁਸੀਂ ਇਹ ਤਾਂ ਸੋਚੋ ਆਖਰ ਨੂੰ ਆਖਰ ਤਾਂ ਜਾਣਾ ਤੁਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕੋਲ ਆ, ਉਦੋਂ ਕੀ ਤੁਸੀਂ ਜਵਾਬ ਦਿਓਗੇ। ਜੇ ਕੋਈ ਤੁਹਾਡੇ ਨੜਿਨਵੇਂ ਵਾਰੀ ਕੰਮ ਆਉਂਦਾ ਨਾ, ਇੱਕ ਵਾਰੀ ਨਹੀਂ ਕੰਮ ਆਉਂਦਾ, ਘੱਟੋ ਘੱਟ ਨੂੰ ਯਾਦ ਰੱਖਿਆ ਕਰੋ ਕਿ ਨੜਿਨਵੇਂ ਵਾਰੀ ਕੰਮ ਆ। ਯਾਦ ਰੱਖਣੀ ਚਾਹੀਦੀ ਆ, ਕਿਉਂ ਭੁੱਲਣਾ, ਕਿਉਂ ਭੁੱਲਣਾ। ਮੈਂ ਤੁਹਾਨੂੰ ਦੱਸੀ ਆ ਨਾ, ਮੇਰੀ ਹੈ ਨਾ ਵਿਗੜੀ ਕਿਸੇ ਨਾਲ ਨਹੀਂ, ਜਿੰਨਾ ਵੀ ਵਿਗੜੀ ਹੈ ਨਾ ਮੇਰੇ, ਹਲੇ ਤੱਕ ਵੀ ਮੇਰੇ ਦਿਲ ਦੇ ਵਿੱਚ ਉਹਨਾਂ ਲਈ ਜਗ੍ਹਾ ਹੈਗੀ ਆ। ਕਿ ਜੇ ਤੁਸੀਂ ਹੈ ਨਾ ਮੈਨੂੰ ਕੋਈ ਵੀ, ਮੈਨੂੰ ਆਉਂਦੇ ਆ ਫੋਨ, ਮੈਨੂੰ ਸਾਰਿਆਂ ਦੇ ਫੋਨ ਆਉਂਦੇ ਆ ਜਿਨ੍ਹਾਂ ਨਾਲ ਮੇਰੀ ਗੱਲਬਾਤ ਨਹੀਂ ਹੈਗੀ ਆ, ਜਿਨ੍ਹਾਂ ਨੂੰ ਮੈਂ ਬਲੌਕ ਕੀਤਾ, ਜੋ ਵੀ ਲੈਣਾ ਦੇਣਾ, ਪਰ ਮੈਨੂੰ ਯਾਦ ਆ ਕਿ ਉਹ ਮੇਰੇ ਕੰਮ ਆਏ ਹੋਏ ਆ। ਮੈਂ ਕਹਿੰਦਾ ਟੱਚ ਵੋਡ ਆ, ਮੈਂ ਇਹਦਾ ਤਾਂ ਬੰਦਾ ਇਹ ਨਹੀਂ ਕਿ ਮੈਂ ਕਿਸੇ ਨੂੰ ਯਾਦ ਭੁੱਲ ਜੂੰਗਾ, ਜਿਹੜੇ ਮੇਰਾ ਕੰਮ ਨਾ ਆਵੇ ਉਹ ਮੇਰੇ ਦੁਸ਼ਮਣ ਜ਼ਰੂਰ ਬਣ ਗਿਆ, ਪਰ ਮੇਰੀ ਨਿਗਾਹ ਦੇ ਵਿੱਚ ਉਹ ਮੇਰੇ ਦੁਸ਼ਮਣ ਨਹੀਂ, ਉਹ ਮੇਰੇ ਹੱਲੇ ਵੀ ਯਾਰ ਆ। ਮੈਂ ਕਹਿੰਦਾ ਉਹ ਮੈਨੂੰ ਯਾਦ ਕਰਨ ਅਤੇ ਮੈਂ ਉਹਨਾਂ ਦੇ ਕੰਮ ਆਵਾਂ, ਉਹ ਨਹੀਂ ਭੁੱਲਣਾ ਚਾਹੀਦਾ ਗੁਰੂ। ਉਹ ਅਸੀਂ ਨਹੀਂ ਸਾਰੇ ਕੋਈ ਨਾ ਕੋਈ ਇੱਕ ਦੂਜੇ ਦੇ ਕੰਮ ਆਉਂਦੇ ਆ, ਹੱਥ ਨੂੰ ਹੱਥ ਹੁੰਦਾ ਆ,
ਪਰ ਯਾਦ ਨਹੀਂ ਕਦੇ ਭੁੱਲਣਾ ਚਾਹੀਦਾ। 99 ਕੰਮ ਹਮੇਸ਼ਾ ਯਾਦ ਰੱਖੋ, ਇੱਕ ਕੰਮ ਵੀ ਮਾਤਾ ਕਹਿੰਦੇ ਯਾਦ ਰੱਖੋ, ਤੁਹਾਨੂੰ ਯਾਦ ਰੱਖਣਾ ਚਾਹੀਦਾ। ਨਿੱਕੇ ਨਿੱਕੇ ਨਿਆਣਿਆਂ ਨੂੰ ਕਿੰਨਾ ਚਾਅ ਹੁੰਦਾ ਗੱਡੀ ਸਾਈਕਲ ਚਲਾਉਣ ਦਾ, ਮੋਟਰਸਾਈਕਲ ਚਲਾਉਣ ਦਾ, ਜਾਂ ਅੱਗੇ ਬਹਿਣ ਦਾ। ਭਾਣਜਾ ਸਾਡਾ ਵੀ ਚਾਂਭ ਲਿਆ ਪਿਆ ਗੱਡੀ ਚਲਾ ਰਿਹਾ, ਇਹ ਪੀ ਪੀ ਇਹਨੂੰ, ਇਹਦਾ ਧਿਆਨ ਇੱਧਰ ਦਾ ਹੱਸਿਆ ਬਾਬਾ ਜੀ ਉਹਨਾਂ ਦੇ ਵਾਸ਼ਰੂਮ ਵੀ ਬੜੇ ਬਣਾਏ ਹੋਏ, ਬਾਲੀ ਵਾਲੀ ਫਿਲਿੰਗ ਹੁੰਦੀ, ਬਾਲੀ ਵਾਲੀ ਬਾਲੀ ਵੀ ਆਈ ਸੀ, ਗਰੀਨਰੀ ਗਰੀਨਰੀ ਦਿਖਾਈ ਹੋਈ, ਇਹਦੇ ਵਿੱਚ ਵੀ ਮਨੀ ਪਲਾਂਟ ਜਿਹਾ ਲਾਇਆ ਹੋਇਆ। ਓਕੇ ਕੰਮ ਮੰਮੀ ਕਹਿੰਦੇ ਸਬਜ਼ੀ ਜੋਗਾ ਰੱਖ ਲਿਓ, ਰੱਖ ਲਿਆ ਸਬਜ਼ੀ ਜੋਗਾ, ਬਹੁਤ ਬਹੁਤ ਨਹੀਂ ਨਹੀਂ ਆਪਾਂ ਤੇਲ ਵੇਸਟ ਨਹੀਂ ਕਰਨਾ, ਸਿਰਫ ਜਿਹੜੇ ਰੀਤੀ ਰਿਵਾਜ ਬਣੇ ਨਾ ਇਹ ਬਹੁਤ ਭੈੜੇ ਬਣੇ ਆ, ਮੈਂ ਲਾ ਲਿਆ ਹਿਸਾਬ ਤਾਂ, ਤੇਲ ਚੋਣਨਾ ਕੀ ਹੋਊਗਾ ਭਲਾ, ਕੁਛ ਨਹੀਂ ਹੁੰਦਾ ਤੇਲ ਚੋਣਨਾ, ਤੇ ਜੇ ਤੇਲ ਹੀ ਨਾ ਹੁੰਦਾ ਫੇ ਲੋਜਿਕ ਇਹ ਲੋਜਿਕ ਹੀ ਆ ਤੇਲ ਚੋਣ ਦੇ ਨਾਲ, ਕਿ ਜਦੋਂ ਕੋਈ ਨਵਾਂ ਵਿਆਹ ਬੰਦਾ ਆ ਐਂਟਰੀ ਕਰ, ਉਹੀ ਤਾਂ ਗੱਲ ਆ, ਆਪਣੇ ਤੋਂ ਚੀਜ਼ਾਂ ਹੈਗੀਆਂ ਆਪਾਂ ਨੂੰ ਕਦਰ ਨਹੀਂ ਹੈਗੀ, ਤੇਲ ਡੋਲ ਕੇ ਆਪਾਂ, ਮੈਨੂੰ ਸਹੀ ਲੱਗੀ ਜੋ ਵੀ ਸੋਹਣੀ ਭਾਬੀ ਦੇਖੋ ਵਿਆਹ ਤੋਂ ਬਾਅਦ ਜੋ ਕਿੰਨਾ ਨਿਖਰ ਗਈ, ਤੇ ਮੈਂ ਭਰਾ ਕਾਲੂ, ਤੂੰ ਕਾਲੂ ਨਹੀਂ ਟਕਲੂ, ਲੋ ਜੋ ਗੰਜਾ ਭਰਾ ਸਾਡਾ, ਭੈਣਾਂ ਹੀ ਨਹੀਂ ਸਾਥ ਦਿੰਦੀਆਂ ਤੇ ਬਾਕੀ ਨੇ ਕੀ ਸਾਥ ਦੇਣਾ, ਭਾਬੀ ਦਾ ਬੰਦ ਹੀ ਆ, ਕੋਈ ਚੱਕਰ ਹੀ ਨਹੀਂ, ਬੜਾ ਚਿਰ ਲਾਇਆ ਹਾਂ, ਤੈਨੂੰ ਆਈ ਨਾ ਯਾਦ, ਦਾਦੀ ਨਾ ਮਰ ਜਾ ਕਿਤੇ, ਲੈ ਲੈ ਕੀ ਹੁੰਦਾ ਪਹਿਲਾਂ ਹੀ ਨਹੀਂ ਵਿੱਕੀ ਦਾ ਵਿਆਹ ਦੇਖਣਾ, ਵਿੱਕੀ ਦਾ ਵਿਆਹ ਤੇ ਆਪਾਂ ਭੰਗੜੇ ਪਾਣੇ ਆ, ਲੈ ਬੱਕਰੇ ਬੁਲਾਉਣੇ ਬੱਕਰੇ, ਮੁਸ਼ਕਲ ਹੈ, ਨਹੀਂ ਨਹੀਂ ਫਰਕ ਤਾਂ ਪੈ ਜਾਂਦਾ ਸਾਜਨਾ, ਮੈਂ ਲਾ ਲਿਆ ਹਿਸਾਬ ਤੋਂ ਬਿਨਾਂ, ਜਿੱਥੇ ਅੱਜ ਦਾਦੀ ਨਾਲ ਤਾਣੀਆਂ ਬੈਠੀ ਨਾ, ਅੱਗੇ ਦਾਦੀ ਪਤਾ ਕੀ ਕਹਿੰਦੇ ਹੁੰਦੇ ਸੀ, ਬਹਿ ਸੱਜੂ ਮੇਰੇ ਕੋਲ ਬਹਿ ਗੱਲ ਬਸ ਨਾ, ਕਹਿੰਦੇ ਹੁੰਦੇ ਨਾ ਪੁੱਤ ਕਪੁੱਤ ਹੋ ਗਿਆ, ਮੈਂ ਦੇਖਿਆ ਦਾਦੀ ਇੱਕ ਉਹ ਹੋ ਗਈ, ਕਿ ਦਾਦੀ ਨੇ ਦਾਦੀ ਨਹੀਂ ਰਹੀ, ਮੈਂ ਲਾ ਲਿਆ ਹਰ ਇੱਕ ਤਾਂ ਜੱਫੀਆਂ ਪੈ ਰਹੀਆਂ, ਭੁੱਲ ਗਏ ਆਪਣੇ ਮੁੰਡੇ ਨੂੰ, ਭੁੱਲ ਗਏ ਸਾਜਨ ਜਗਪਾਲਪੁਰੇ ਨੂੰ, ਨਹੀਂ ਤੇ ਫਿਰ ਇੱਧਰ ਜੱਫੀਆਂ ਕਿੱਦਾਂ ਪੈ ਰਹੀਆਂ, ਮੇਰੀ ਜੱਫੀ ਮੁੰਡੇ ਨੂੰ, ਮੈਂ ਜਦੋਂ ਤੇਰੀ ਰੋਟੀ ਦਾ ਡੱਬਾ ਵੇਹਨੀ ਆ, ਪਾਣੀ ਦਿੰਦੀ ਉਹਦੇ ਚ, ਤੇ ਮੇਰਾ ਉਦੋਂ ਜਿਹੜਾ ਦੇ ਰਹੇ ਨਾ, ਮੈਨੂੰ ਕੋਈ ਨੀ ਪੁੱਛਦਾ, ਤੂੰ ਨਹੀਂ ਜਾਣਦਾ ਜਦੋਂ ਮੈਂ ਨਾ, ਪਤਾ ਕੀ ਕਿੰਨਵੀਂ ਤੱਕ ਇੱਥੇ ਪੜ੍ਹਿਆ ਚਾਚੀ, ਪੰਜ ਤੱਕ, ਪੰਜ ਤੱਕ ਮੈਂ ਲੁਧਿਆਣੇ ਪੜ੍ਹਿਆ ਇੱਥੇ ਐਲ ਐਸ ਪਬਲਿਕ ਸਕੂਲ,
ਤੇ ਦਾਦੀ ਮੇਰਾ ਸਿਰ ਐਂ ਚੋਪੜਦੇ ਹੁੰਦੀ ਸਰੋਂ ਦੇ ਤੇਲ ਦੇ ਨਾਲ ਜਿੱਦਾਂ ਫਰਾਈ ਕਰਨ ਲੱਗੇ ਹੁੰਦੇ ਪਕੌੜੇ ਫਰਾਈ ਕਰਨ ਲੱਗੀ ਹੁੰਦੀ ਦਾਦੀ। ਇੱਕ ਦਿਨ ਮੈਂ ਮੰਦਰ ਗਈ ਤੇ ਬੁੱਢੀ ਹੁੰਦੀ ਸੀ ਉਹਨਾਂ ਦੀ ਤੇ ਉਹ ਮੈਨੂੰ ਮਿਲ ਪਈ ਆਂਦੀ ਭੈਣ ਜੀ ਤੁਹਾਡਾ ਪੋਤਰਾ ਕਿੱਡਾ ਕੁ। ਮੈਂ ਕਿਹਾ ਪੋਤਰਾ ਮੇਰਾ ਜਵਾਨ ਹੋਇਆ ਉਹਦਾ ਹੁਣ ਵਿਆਹ ਕਰਾਂਗੇ। ਹੋ ਤਾਂ ਗਿਆ ਦੂਜੀ ਨੀ ਕਰਨਾ ਹੈ ਹੋ ਤਾਂ ਗਿਆ ਵਿਆਹ ਦਾਦੀ ਜਿੱਦਣ ਚਮਕਾਂਗੇ ਨਾ ਜਿੱਦਣ ਆਵਾਂਗੇ ਲੇਟ ਆਵਾਂਗੇ ਦਰੁਸਤ ਆਵਾਂਗੇ ਪਰ ਇੰਨੇ ਚ ਸਾਨੂੰ ਰੱਖੇ ਅਸੀਂ ਖੁਸ਼ ਬਹੁਤ ਹੁਣ ਤੁਹਾਡਾ ਮੁੰਡਾ ਰੱਖੇ ਮੇਰੇ ਪਰਿਵਾਰ ਖੁਸ਼ ਕੀ ਕਹਿੰਦੇ ਹੁੰਦੇ ਸੀ ਕਿ ਮੇਰੇ ਕੀ ਫੇਰ ਚੇਤਾ ਭੁੱਲ ਪੋਤੇ ਸੀ ਕਿ ਮੇਰੇ ਪੋਤੇ ਨੀ ਕਾਮਯਾਬ ਹੋਣੇ ਜਿੰਨੇ ਤੁਹਾਡੇ ਪੋਤੇ ਕਾਮਯਾਬ ਹੋ ਗਏ ਨਾ ਉਨੇ ਤੁਹਾਡੇ ਮੁੰਡੇ ਵੀ ਕਾਮਯਾਬ ਨੀ ਹੋਏ ਜਿੰਨੇ ਜੋਗੇ ਐਸਨ ਹੋ ਗਏ ਨਹੀਂ ਮੁੰਡੇ ਤੁਹਾਡੇ ਕਾਮਯਾਬ ਨਹੀਂ ਸੀ ਅੱਜ ਵੀ ਕਹਿਣਾ ਤੇ ਕੱਲ ਵੀ ਕਹਿਣਾ ਨਹੀਂ ਨਾ ਪਿਆਵਾਂ ਨੂੰ ਨਹੀਂ ਮੈਂ ਕਹਿਣਾ ਆ ਮੈਂ ਪਿਓ ਨੂੰ ਥੋੜਾ ਕਹਿ ਰਿਹਾ ਤੁਹਾਡੇ ਮੁੰਡਿਆਂ ਨੂੰ ਕਹਿ ਰਿਹਾ ਪੁੱਤਰ ਹੋਣ ਤੇ ਸੁਣੀ ਜਾਂਦੀ ਗੇ ਪੁੱਤਰੀ ਬਿਹਤਰੀ ਭਾਈ ਬਿਹਤਰ ਲੈ ਲਈਏ ਮੱਝ ਲੈ ਲਈਏ ਉਹ ਦੁੱਧ ਦਿੰਦੀ ਗੇ ਡੱਬਿਆਂ ਚ ਪਾਈਦਾ ਸਭ ਕੁਛ ਹੋ ਜਾਂਦਾ ਸਮਝ ਨੀ ਆਈ ਮੈਨੂੰ ਨਹੀਂ ਕੁਛ ਆਈ ਇਹ ਹਰਿਆਣੇ ਹਰੂਣੇਵਾਲ ਦੀ ਲੈਂਗੁਏਜ ਆ ਤੁਸੀਂ ਦੱਸ ਸਕਦੇ ਹਰਿਆਣੇ ਵਾਲੇ ਹੋ ਹਾਂ ਇੱਧਰ ਪੰਜਾਬੀਆਂ ਨੂੰ ਨਹੀਂ ਪਤਾ ਲੱਗਣਾ ਪੁੱਤਰੀ ਗੱਜਰੀ ਕਿਸੇ ਅਖਾਣ ਪਾਇਆ ਸੀ ਜੱਟ ਨੇ ਉਸ ਵਿਚਾਰੇ ਦਾ ਪਸਰ ਥੋੜਾ ਹੁੰਦਾ ਸੀ ਕਿਸੇ ਆਖਿਆ ਬਈ ਤੁਵੇਂ ਇਹ ਕੀ ਕਰਨਾ ਆਂਦਾ ਕੋਈ ਗੱਲ ਨਹੀਂ ਯਾਰ ਪੁੱਤਰੀ ਬਿਹਤਰੀ ਅਸੀਂ ਪੁੱਤਰ ਹੋਣਗੇ ਤੇ ਰਿਜਕ ਹੋਵੇਗਾ ਅੱਜ ਕੱਲ ਪੁੱਤਰ ਹੋਣਗੇ ਤਾਂ ਰਿਜਕ ਹੋਣਗਾ ਜੇ ਪੁੱਤਰੀ ਹੋਊਗੀ ਤਾਂ ਫਿਰ ਵੀ ਰਿਜਕ ਹੋਏਗਾ ਅੱਜ ਕੱਲ ਇਕੱਲੇ ਪੁੱਤਰ ਨੀ ਕਮਾ ਰਹੇ ਨਹੀਂ ਉਹ ਤੇ ਆਸਾਨ ਬਣ ਜਿਹਨੇ ਲਿਖਿਆ ਸੀ ਉਹ ਗਲਤ ਲਿਖ ਦਿੱਤਾ ਉਹਨੇ ਗਲਤ ਲਿਖਿਆ ਬਾਬਾ ਜੀ ਕਿਉਂਕਿ ਅੱਜ ਕੱਲ ਧੀਆਂ ਵੀ ਕਮਾ ਰਹੀਆਂ ਨੇ ਕਿ ਇਹ ਚੀਜ਼ਾਂ ਪਹਿਲੀਆਂ ਪਹਿਲਾਂ ਉਦੋਂ ਸ਼ਰਮਾ ਸਨ ਹੁਣ ਹਾਂ ਉਦੋਂ ਸ਼ਰਮਾ ਸੀ ਤੇ ਹੁਣ ਇੱਕ ਇਹ ਹੁਣ ਜਿਹਦੇ ਘਰ ਚ ਮੁੰਡਾ ਹੀ ਹੈ ਨੀ ਉਹ ਵਿਚਾਰਾ ਕੀ ਕਰੂਗਾ ਇਹ ਜਿਹੜੀ ਕੀ ਗੱਲ ਹੈ ਕੌਣ ਲੜਦਾ ਤੁਹਾਡੀ ਨੂੰਹ ਨਾਲ ਮੈਂ ਤਾਂ ਲੜੂੰਗਾ ਕਿਉਂ ਲੜੇਗਾ ਮੈਂ ਤਾਂ ਲੜੂੰਗਾ ਨਾ ਫੜਦੀ ਨਹੀਂ ਇਹ ਇਹਦੇ ਪੜ ਨਿਕਲ ਆਈ ਜ਼ਿਆਦਾ ਹੀ ਇਹਦੇ ਸ਼ਿਕਾਇਤ ਲਾਉਣ ਆਈ ਹੋਣੀ ਪੱਕੀ ਗੱਲ ਆ ਗੱਲ ਸਹੀ ਕਿ ਨਹੀਂ ਇਹ ਤੂੰ ਸ਼ਿਕਾਇਤ ਲਾਈ ਤੈਨੂੰ ਦੱਸਾਂ ਤਾਂ ਤੈਨੂੰ ਮੈਂ ਬੰਦੇ ਮੈਂ ਵੀ ਮਜ਼ਾਕ ਕਰਦਾ ਮੈਂ ਨਹੀਂ ਮਜ਼ਾਕ ਮਜ਼ੂਕ ਕਰਦਾ ਨਾ ਹੀ ਮੈਨੂੰ ਮਜ਼ਾਕ ਮਜ਼ੂਕ ਪਸੰਦ ਹੈਗਾ ਦਾਦੀ ਕੋਲ ਹੀ ਬੈਠੇ ਆ ਖਬਰਦਾਰ ਜੇ ਕੱਲ ਨੂੰ ਇਹ ਗੱਲ ਕੀਤੀ ਆ ਫੇਰ ਕੁਝ ਪਾਣ ਰੋਦੀ ਹੈ
ਕੀ ਕਹਿੰਦੀ ਹੈ ਦਾਦੀ? ਮੇਰੇ ਕੋਲ ਗਲਤੀ ਨਾ ਹੁੰਦੀ, ਮੇਰੇ ਨਾਲ ਬੇਫਾਲਤੂ ਦਾ ਲੜਦੇ ਆ ਇਹ। ਕੀ ਗੱਲ ਕੀਤੀ, ਕੀ ਨਾ ਆਖੇ?